भाई जी ने कल तो सानू नहीं पता इतों घर सारे बैठे हैं इतों सरपंच साहब का मुंडा आया लवप्रीत उन्होंने चाचा तेन बंदा बाहर मिलना आया इन्हें बाहर पांच सात मुंडे ठल्ले जी वो बाहर जाता गए गल पै गए होंगे जी गल पै गए तो एक बार छोटे छोटा हो गए ये घर आ गया जी घरों आ के फिर चला गया ये तुर गया तुर गया तो फिर इन्हें फोन किया उन्होंने सुनो जी माँ का दुध पीते अच्छे बढ़ना चाहिए वो जी आने के बू मोटरसाइकिल बूह अगे खड़ा गली रही एक एक जी जिन्हें गोलियां मारे एक आकाश पुत्र निशान है जी डेविड पुत्र अमिंदर पॉल है जी एक अभी है जी अमिंदर पॉल का मुंडा है एक है जी अपना झीरे का मुंडा जग्गा एक है पगा तो छोटा मुंडा है हाँ जी इन्हें रल के मारे सर सू न्याय मिलना चाहिए जी और मारे सकते ਵੀਰੇ ਇਹ ਨਾ ਮੇਰੇ ਭਤੀਜੇ ਦੀ ਗੱਡੀ ਸੀਗੀ ਅਤੇ ਗੱਡੀ ਜਦੋਂ ਲੈ ਕੇ ਸ਼ਹਿਰ ਗਿਆ ਹੈ ਅਤੇ ਸੋਨੂੰ ਨੇ ਕਿਤੇ ਉਹਨਾਂ ਨੂੰ ਫੋਨ ਕਰਤਾ ਵੀ ਇਹਦਾ ਵੀ ਲਗਾ ਦਾ ਮੁੰਡਾ ਅਤੇ ਡੇਵਟ ਲਗਾ ਦਾ ਗੱਡੀ ਖੋਲੋ ਸ਼ੇਰਾ ਜਿਹੜਾ ਸ਼ੇਰਾ ਉੱਥੋਂ ਦਾ ਉਹਨੇ ਇੱਥੇ ਗੋਲੀ ਰੱਖਤੀ ਆਉਂਦਾ ਮੂੰਹ 'ਤੇ ਚਪੇੜਾਂ ਮਾਰੀਆਂ ਗੱਡੀ ਦੇ ਦੇ ਉਹਨੇ ਗੱਡੀ ਦੇ ਦਿੱਤੀ ਉਹਨੇ ਮੁੰਡਿਆਂ ਨੂੰ ਘਰੇ ਡੈਡੀ ਆਦੇ ਨੂੰ ਫੋਨ ਕੀਤਾ ਅਤੇ ਨਿਬੜਨ ਮਾਰ ਗਈ ਅਤੇ ਮੁੰਡੇ ਨੂੰ ਗੰਦੀ ਗਾਲ ਦਿੱਤੀ ਗਲੋ ਗਲੀ ਹੋ ਗਏ ਫਿਰ ਨਾ ਨਿਬੜ ਗਈ ਪੁਲਿਸ ਲੈ ਆਉਂਦੀ ਠੰਡੇ ਠੁੰਡੇ ਪਿਆਏ ਨੇ ਸਾਰੀ ਪੁਲਿਸ ਆ ਕੇ ਅਤੇ ਕਹਿੰਦੇ ਤੁਹਾਨੂੰ 5 ਵਜੇ ਗੱਡੀ ਮਿਲ ਜਾਏਗੀ ਇਹ ਸਨੀ ਇੱਥੇ ਅਸੀਂ ਦੋਨੇ ਭੈਣ ਭਰਾ ਪਾਏ ਉਹ ਵੀਰੇ ਚੌਲ ਵੀ ਖਿਲਰੇ ਪਏ ਦੁੱਧ ਨਾਲ ਚੌਲ ਖਾਣ ਲੱਗੇ ਅਤੇ ਪੈਸੇ ਕੱਢਣੇ ਸੀ ਅਤੇ ਚੈੱਕ ਕਰਾਉਂਦਾ ਪਿਆ ਇੱਥੇ ਗੋਲੀ ਚਿੱਤਰ ਦੇ ਵਿੱਚ ਮਾਰੀ ਪੱਟ ਦੇ ਇੱਕ ਮੁੰਡਾ ਵੀਰੇ ਮਿੱਠਣ ਉਹ ਲਬਾਰੀ ਦੇ ਵਿੱਚ ਲੁੱਕ ਗਿਆ ਲਬਾਰੀ 'ਚ ਲੁੱਕ ਗਿਆ ਆਉਂਦਾ ਵੀਰੇ ਮੇਰੀ ਗੋਲੀ ਅੱਗੇ ਜੋਰ ਨਹੀਂ ਇਹ ਡਿੱਗ ਪਿਆ ਇੱਥੇ ਮੇਰੇ ਭਰਾ ਗੋਲੀ ਵੱਜੀ ਨਾਲ ਭੱਜ ਕੇ ਉਹ ਉੱਥੇ ਡਿੱਗ ਪਿਆ ਹੁਣ ਪੁਲਿਸ ਵਾਲੇ ਫੈਰ ਚੱਕ ਕੇ ਚਾਰ ਜਣੇ ਆਏ ਨੇ ਚਾਰ ਜਣੇ ਸਾਡਾ ਗੇਟ ਖੁੱਲ੍ਹਾ ਗੱਡੀ ਦਾ ਹੀ ਵੀਰੇ ਗੱਡੀ ਦਾ ਹੀ ਇਹ ਉਹਨਾਂ ਦੇ ਨਾਲ ਮਿਲਿਆ ਏ ਕੀ ਗੱਲਬਾਤ ਹੋਈ ਹੈ ਉਹ ਸਰਪੰਚ ਦਾ ਮੁੰਡਾ ਬੁਲਾ ਕੇ ਲੱਗਿਆ ਕਹਿੰਦਾ ਤੈਨੂੰ ਕੁਬਾਰ ਮਿਲਣ ਆਇਆ ਬਾਹਰ ਜਾਂਦਿਆ ਸਾਰੋਂ ਦਾ ਸਿਰ ਸੁਰ ਪਾੜ ਦਿੱਤਾ ਇਹਨਾਂ ਨੇ ਸਾਰਿਆਂ ਜਣਿਆਂ ਦੀ ਰਾਹ ਵਿੱਚ ਸੀ ਬਾਅਦ 'ਚ ਉਹਨੂੰ ਕਹਿੰਦੇ ਸਾਡੇ ਇਹਨਾਂ ਪੁਲਿਸ ਮੰਗਾਈ ਪੁਲਿਸ ਵਾਲੇ ਇੱਥੇ ਲੱਭ ਲੁੱਭ ਕੇ ਚਲੇ ਗਏ ਮੁੜ ਗਿਆ ਨੇ ਬਾਅਦ 'ਚ ਉਹਨਾਂ ਦੇ ਘਰੇ ਗਈ ਪੁਲਿਸ ਉਹਨਾਂ ਨੇ ਪਤਾ ਨਹੀਂ ਉਹਨਾਂ ਨੂੰ ਪੈਸੇ ਪੂਸੇ ਦੇ ਅਤੇ ਪੁਲਿਸ ਵਾਪਸ ਗਈ ਚਲੀ ਬਾਅਦ 'ਚ ਸੋਨੂੰ ਨੂੰ ਫੋਨ ਕਰਤਾ ਵੀ ਤੇਰੇ 'ਚ ਹਿੰਮਤ ਹੈ ਜੀ ਅਤੇ ਆ ਜਾ ਇੱਥੇ ਘਰੇ ਬੁਲਾ ਕੇ ਅਤੇ ਉਹਨਾਂ ਨੇ ਅੰਦਰ ਵਾੜ ਕੇ ਮਾਰ ਦਿੱਤਾ ਉਹਦੀ ਹੈਗੀ ਸੀ 30-40 ਸਾਲ 30 ਸਾਲ 35 ਸਾਲ ਕੁਆਰਾ ਸੀ ਕੀ ਰੌਲਾ ਕਿਸ ਗੱਲ ਦਾ ਸੀ ਇਹਨਾਂ ਨਹੀਂ ਮੈਨੂੰ ਵੀਰੇ ਪਤਾ ਕੀ ਗਿਆ ਉਹਨਾਂ ਦਾ ਰੌਲਾ ਸੀ ਹਾਂ ਡੈਥ ਹੋਈ ਹੈ ਉਹਦੀ ਆਪਣਾ ਸੋਨੂੰ ਚੂਹਾ ਦੀ ਕਾਰਨਾਂ ਦਾ ਪਤਾ ਲੱਗਾ ਸਰ ਕੀ ਕਾਰਨਾਂ ਦਾ ਪਤਾ ਲੱਗ ਕਰ ਰਹੇ ਹਾਂ ਲੱਭ ਰਹੇ ਹਾਂ ਇਸ ਇੱਕੀ ਗੋਲੀ ਗਲੀ ਚੱਲੀ ਕੀ ਕਰਨ ਹਾਂ ਗੋਲੀ ਚੱਲੀ ਸੀ ਇੱਕ ਚਾਰ ਬੰਦੇ ਫਟ ਰਿਹਾ ਬਾਕੀ ਫਸ ਗਿਆ ਤੇ ਇੱਕ ਬੰਦਾ ਡੈਥ ਹੋ ਗਈ ਹੈ ਤੇਰਾ ਖਾਨਾ ਖਰਾਬ ਹੋ ਗਿਆ ਇੱਕ ਬੰਦੇ ਡੈਥ ਹੋ ਗਈ ਹੈ ਹਾਂ ਕੀ ਨਾਮ ਹੈ ਸਰ ਸੋਨੂੰ ਚੂਹਾ ਕਹਿੰਦੇ ਹਨ ਪਤਾ ਨਾ ਚੂਹਾ ਦਾ ਕਿਸ ਨੂੰ ਲੈ ਕੇ ਸਰ ਇਹ ਹੋਇਆ ਸੀ ਉਹ ਵੀ ਲੱਭ ਰਹੇ ਹਾਂ ਅਸੀਂ ਕੀ ਕਾਰਨ ਕੀ ਹੈ ਗੱਡੀ ਗੁੱਡੀ ਖੋਈ ਸੀ ਕੋਈ ਕਹਿਣ ਡਿਆ ਗੱਡੀ ਦਾ ਵੈਰੀਫਾਈ ਕਰਾਂਗੇ ਹਾਂ ਗੱਡੀ ਗੁੱਡੀ ਖੋਈ ਸੀ ਕੋਈ ਪੈਸੇ ਲੈਣ ਦਾ ਬੰਦਾ ਜੀ ਹੱਕ ਤੇ ਸੱਚ ਦੀ ਖਬਰ ਲਈ ਲਾਈਕ ਤੇ ਸਬਸਕ੍ਰਾਈਬ ਕਰੋ ਪੰਜਾਬ ਦਾ ਨੰਬਰ 1 ਡਿਜੀਟਲ ਨਿਊਜ਼ ਚੈਨਲ ਦ ਫੈਕਟ ਨਿਊਜ਼।